ਜਿਹੜਾ ਤੁਹਾਡੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਦੇ ਖਿਲਾਫ, ਉਹ ਕਿਸ ਸੰਬੰਧ ਵਿੱਚ ਕੀਤਾ ਗਿਆ? ਅੱਜ ਦਾ ਰੋਸ ਪ੍ਰਦਰਸ਼ਨ 7 ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਪੱਧਰੇ ਬਣੇ ਮੋਰਚੇ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 27 ਤਰੀਕ ਤੋਂ 29 ਤਰੀਕ ਤੱਕ ਵੱਖ ਵੱਖ ਥਾਵਾਂ 'ਤੇ MLA ਨੂੰ ਜਿਹੜੇ ਮੰਗ ਪੱਤਰ ਦੇਣੇ ਸੀ, ਉਸੇ ਕੜੀ ਤਹਿਤ ਅੱਜ ਅਸੀਂ ਰਾਜਾ ਵਿਣਕ ਜੋ ਹਲਕਾ ਗਿੱਦੜਵਾਹ ਤੋਂ ਵਿਧਾਇਕ ਆ ਉਹਨੂੰ ਮੰਗ ਪੱਤਰ ਦੇਣ ਆਏ ਸੀਗੇ। ਪਰ ਐਂ ਕਹਿਣਾ ਹੋਵੇ ਵੀ ਸਭ ਤੋਂ ਬਸ਼ਰਮੀ ਅਤੇ ਨਖੇਧੀ ਵਾਲੀ ਗੱਲ ਇਹ ਆ ਕਿ ਇਸ ਰਾਜੇ ਵਿਣਕ ਨੇ, ਜਿਹਦੇ ਬਾਰੇ ਐਂ ਕਿਹਾ ਜਾਂਦਾ ਵੀ ਭਾਈ ਇਹ ਲੋਕਾਂ ਦੇ ਬਹੁਤ ਮੰਗਾਂ ਮਸਲਿਆਂ 'ਚ ਸ਼ਾਮਿਲ ਹੁੰਦਾ ਹੈ, ਇਸ ਦੇ ਮੰਗ ਪੱਤਰ ਦੇਣ ਇਹਦੇ ਬਾਰ ਤੋਂ ਪਹੁੰਚਣ ਤੋਂ ਪਹਿਲਾਂ ਸਾਨੂੰ 3 ਥਾਈਂ ਬੈਰੀਗੇਟਿੰਗ ਲਾ ਕੇ ਜਿਹੜਾ ਰੋਕਿਆ ਗਿਆ। ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਕਹਿੰਦੇ ਆਏ ਹਾਂ ਵੀ ਅਸੀਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੱਖੀ ਲੀਡਰ ਹਾਂ ਜਾਂ ਸਰਕਾਰ ਮਜ਼ਦੂਰਾਂ ਦੇ ਕਿਸਾਨਾਂ ਦੇ ਪੱਖ ਦੀ ਆ, ਪਰ ਉਹ ਸਾਨੂੰ ਆਪਦੇ ਬਾਰ ਤੀਕ ਜਾ ਕੇ ਮੰਗਾਂ ਦਾ ਮੰਗ ਪੱਤਰ ਨਹੀਂ ਦੇਣ। ਕੀ ਮੰਗਾਂ ਹਨ ਆਪਣੀਆਂ? ਸਾਡੀਆਂ ਮੰਗਾਂ ਹੈਗੀਆਂ ਜੀ ਵੀ ਮਜ਼ਦੂਰਾਂ ਸਿਰ ਜਿਹੜੇ ਸਮੁੱਚੇ ਕਰਜ਼ੇ ਆ 6,000 ਕਰੋੜ ਦੇ ਲਗਭਗ ਬਣਦੇ ਆ, ਉਹ ਸਮੁੱਚਾ ਕਰਜ਼ਾ ਮਾਫ ਹੋਏ। ਮਜ਼ਦੂਰਾਂ ਦੇ ਬਿਜਲੀ ਦੇ ਬਿੱਲ ਬਹੁਤ ਆਏ ਹੋਏ ਆ, ਉਹ ਬਿਜਲੀ ਦੇ ਬਕਾਇਆ ਬਿੱਲ ਆ ਜਿਹੜੇ ਉਹ ਮਾਫ ਹੋਣ। ਮਜ਼ਦੂਰਾਂ ਦੇ ਕੋਠੇ ਡਿੱਗ ਰਹੇ ਆ, ਮਜ਼ਦੂਰਾਂ ਨੂੰ ਮਕਾਨ ਬਣਾਉਣ ਲਈ ਗਰਾਂਟਾਂ ਦਿੱਤੀਆਂ ਜਾਣ, ਮਜ਼ਦੂਰ ਕੁੱਕੜਾਂ ਦੇ ਖੁੱਡਿਆਂ ਨੂੰ ਰਹਿੰਦੇ ਆ। ਇਹ ਸਰਕਾਰ ਨੇ ਕਿਹਾ ਸੀ ਅੱਜ, ਮੰਨ ਲਓ ਜਿਹੜਾ MLA ਦੇ ਬੂਹੇ ਕੇ ਤੁਸੀਂ ਆ ਕੇ ਮੰਗ ਪੱਤਰ ਦਿੱਤਾ, ਉਹਨਾਂ ਵੱਲੋਂ ਕਿਹੜੇ ਅਧਿਕਾਰੀ ਨੂੰ ਦਿੱਤਾ ਗਿਆ? ਅੱਜ ਜਿਹੜਾ ਮੰਗ ਪੱਤਰ ਆ ਉਹ ਰਾਜੇ ਵਿਣਗ ਦੇ ਜਿਹੜਾ PA ਆ ਉਹਨੇ ਲਿਆ, ਅਤੇ ਸ਼ਰਮ ਵਾਲੀ ਗੱਲ ਇਹ ਆ ਵੀ ਜਿਹੜੀ ਸੱਚ ਆ ਘਟਨਾ ਵੀ ਰਾਜਾ ਵਿਣਗ ਆਪ ਤਾਂ ਹਿਮਾਚਲ 'ਚ ਫਿਰਦਾ ਠੰਡੀਆਂ ਥਾਵਾਂ 'ਤੇ, ਜਦੋਂ ਅਸੀਂ ਉਸ PA ਨੂੰ ਇਹ ਕਿਹਾ ਵੀ ਤੂੰ ਦੋ ਸ਼ਬਦ ਇਹ ਕਹਿ ਦੇ ਵੀ ਭਾਈ ਰਾਜਾ ਵਿਣਗ ਹੈ ਨਹੀਂ, ਉਹਦੀ ਗੈਰ ਹਾਜ਼ਰੀ 'ਚ ਮੈਂ ਮੰਗ ਪੱਤਰ ਲੈ ਰਿਹਾ, ਵੀ ਇਸ ਗੱਲ ਨੂੰ ਲੁਕਾਉਣ ਵਾਸਤੇ ਉਹਨੇ ਮੂੰਹ ਨਹੀਂ ਖੋਲ੍ਹਿਆ ਵੀ ਜਿਵੇਂ ਵਿਚਾਰਿਆਂ ਨੂੰ ਬੋਲਣਾ ਹੀ ਨਾ ਆਉਂਦਾ। PA ਵੱਲੋਂ ਤੁਹਾਨੂੰ ਕੋਈ ਵਿਸ਼ਵਾਸ ਦਵਾਇਆ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ? ਕਿਹਾ ਉਹਨੇ ਵੀ ਭਾਈ ਜਿਹੜਾ ਤੁਹਾਡਾ ਮੰਗ ਪੱਤਰ ਹੈ ਸਰਕਾਰ ਤੱਕ ਪਹੁੰਚਾ ਦਾਂਗੇ, ਊਂ ਸਾਨੂੰ ਪਤਾ ਵੀ ਜਿਹੜੀਆਂ ਸਾਡੀਆਂ ਮੰਗਾਂ ਹੈ ਇਹ ਹੱਲ ਕਿਵੇਂ ਹੋਣੀਆਂ ਉਹ ਅਸੀਂ ਜਾਣਦੇ ਹਾਂ, ਅਤੇ ਅਸੀਂ ਉਸ ਤਰੀਕੇ ਦੇ ਉਸ ਰਾਹ ਦੇ। ਉਹਨਾਂ ਨੇ ਇਹੀ ਗੱਲ ਕਹਿਣੀ ਚਾਹੁੰਦੇ ਆ ਵੀ ਤੁਸੀਂ ਰਿੱਕ ਝੰਡੇ ਦੇ ਵਿੱਚ ਡੰਡਾ ਪਾ ਕੇ ਰੱਖੋ, ਸੰਘਰਸ਼ ਦੇ ਰਾਹ 'ਤੇ ਤੁਰੋ, ਆਪਦੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਨਾ ਖਰਾਬ ਕਰੋ ਇਹਨਾਂ ਸਰਕਾਰਾਂ ਦੇ ਮਗਰ ਲੱਗ ਕੇ, ਅਤੇ ਆਪਣਾ ਸੰਘਰਸ਼ ਦਾ ਰਾਹ